ਹਾਂਜੀ ਦੋਸਤੋ ਕਬੱਡੀ ਦੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਆਪਣੇ ਚੈਨਲ ਕਬੱਡੀ 105 ਨੂੰ ਅਤੇ ਨਾਲ ਘੰਟੀ ਵਾਲੇ ਬਟਨ ਨੂੰ ਵੀ ਦਬਾਓ ਤੁਸੀਂ ਕਬੱਡੀ ਟੂਰਨਾਮੈਂਟ ਲਾਈਵ ਕਰਵਾਉਣਾ ਚਾਹੁੰਦੇ ਹੋ ਤਾਂ ਵਧੀਆ ਕੁਆਲਿਟੀ ਅਤੇ ਸਸਤੇ ਰੇਟ ਤੇ ਮਾਝਾ ਕਬੱਡੀ ਟੀਵੀ ਰਾਹੀਂ ਲਾਈਵ ਕਰਵਾ ਸਕਦੇ ਹਾਂ ਅਤੇ ਨਾਲ ਹੀ ਧਾਰਮਿਕ ਸੱਭਿਆਚਾਰਕ ਅਤੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਵੀ ਲਾਈਵ ਕਰਵਾਉਣ ਲਈ ਸੰਪਰਕ ਕਰੋ 980435005 ਹਾਂਜੀ ਦੋਸਤੋ ਆਪ ਸਭ ਦਾ ਸਵਾਗਤ ਹੈ ਆਪਦੇ ਆਪਣੇ ਚੈਨਲ ਕਬੱਡੀ 105 ਦੇ ਕਰੋ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਯਾਨੀ ਕਿ ਅੱਜ 3 ਦਸੰਬਰ 2020 ਨੂੰ ਕਿੱਥੇ-ਕਿੱਥੇ ਕਬੱਡੀ ਕੱਪ ਹੋਣਗੇ ਤਾਂ ਕਰ ਲਓ ਨੋਟ ਅੱਜ ਦੇ ਕਬੱਡੀ ਕੱਪ ਅੱਜ ਦਾ ਪਹਿਲਾ ਕਬੱਡੀ ਕੱਪ ਹੋਵੇਗਾ ਖੰਨਾ ਵਿੱਚ ਅਤੇ ਇੱਥੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਅਤੇ ਇਸ ਕਬੱਡੀ ਕੱਪ ਦਾ ਪਹਿਲਾ ਇਨਾਮ ਹੋਵੇਗਾ 31000 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 25000 ਰੁਪਏ ਅਤੇ ਬੈਸਟ ਰੇਡਰ ਦਾ ਜਾਫੀ ਨੂੰ ਐਲ.ਈ.ਡੀ ਹੋਵੇਗੀ। ਅਤੇ ਇਸ ਕਬੱਡੀ ਕੱਪ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ। ਅਤੇ ਅੱਜ ਦਾ ਦੂਜਾ ਕਬੱਡੀ ਕੱਪ ਹੋਵੇਗਾ ਪਿੰਡ ਕਪੂਰੀ ਜ਼ਿਲ੍ਹਾ ਪਟਿਆਲਾ ਵਿੱਚ। ਅਤੇ ਇੱਥੇ ਕਬੱਡੀ 35 ਕਿਲੋ, 52 ਕਿਲੋ, 75 ਕਿਲੋ ਅਤੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ। ਕਬੱਡੀ 75 ਕਿਲੋ ਦਾ ਪਹਿਲਾ ਇਨਾਮ ਹੋਵੇਗਾ 5500 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 3100 ਰੁਪਏ। ਅਤੇ ਕਬੱਡੀ ਓਪਨ ਦਾ ਪਹਿਲਾ ਇਨਾਮ ਹੋਵੇਗਾ 31000 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 21000 ਰੁਪਏ ਅਤੇ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ ਅੱਜ ਦਾ ਤੀਜਾ ਕਬੱਡੀ ਕੱਪ ਹੋਵੇਗਾ ਪਿੰਡ ਡਕਾਲੇ ਜੋ ਕਿ ਪਟਿਆਲਾ ਵਿੱਚ ਪੈਂਦਾ ਹੈ ਅਤੇ ਇੱਥੇ ਕਬੱਡੀ 52 ਕਿਲੋ ਅਤੇ 65 ਕਿਲੋ ਦੇ ਮੈਚ ਕਰਵਾਏ ਜਾਣਗੇ ਕਬੱਡੀ 52 ਕਿਲੋ ਦਾ ਪਹਿਲਾ ਇਨਾਮ ਹੋਵੇਗਾ 5100 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 3100 ਰੁਪਏ ਅਤੇ ਕਬੱਡੀ 65 ਕਿਲੋ ਦਾ ਪਹਿਲਾ ਇਨਾਮ ਹੋਵੇਗਾ 8200 ਰੁਪਏ ਅਤੇ ਦੂਸਰਾ ਇਨਾਮ 600 ਰੁਪਏ ਅਤੇ ਬੈਸਟਰ ਨੂੰ ਕੱਪ ਹੋਣਗੇ ਅਤੇ ਦੋਸਤੋ ਇਸ ਜੋ ਅੱਜ ਕਬੱਡੀ ਕੱਪ ਹੋ ਰਹੇ ਹਨ ਅਤੇ ਜੋ ਕੈਰੋ ਦਾ ਕਬੱਡੀ ਕੱਪ ਹੋਣਾ ਸੀ ਉਹ ਕੈਨਸਲ ਕਰ ਦਿੱਤਾ ਗਿਆ ਹੈ ਅਤੇ ਇਸ ਤੋਂ ਵੀ ਇਲਾਵਾ ਜੇਕਰ ਕਿਤੇ ਵੀ ਕਬੱਡੀ ਕੱਪ ਹੋਵੇ ਤਾਂ ਆਪਣਾ ਵੀਡੀਓ ਥੱਲੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ